ਅਕਾਲ ਜੀ, ਮੈਂ ਹਾਂ ਜਗਦੇਵ ਬਰਾੜ, ਚੈਨਲ ਪੰਜਾਬ ਲਾਈਵ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਦੋਸਤੋ, ਕਬੱਡੀ ਦਾ ਧਰੂ ਤਰਾ ਖੇਡ ਜਗ ਦਾ ਚੜ੍ਹਦਾ ਸੂਰਜ ਹੋਇਆ ਹਰਜੀਤ ਬਾਜਾ ਖਾਨਾ। ਖੇਡ ਪ੍ਰੇਮੀ ਉਹਦੇ ਬੋਲੇ ਹੋਏ ਧਾਵਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਅੱਜ ਵੀ ਉਹ ਸਾਡੇ ਚੇਤਿਆਂ ਦੇ ਵਿੱਚ ਉੱਕਰਿਆ ਹੋਇਆ। ਬੇਸ਼ੱਕ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹ ਵੱਡੀਆਂ ਮੱਲਾਂ ਮਾਰ ਕੇ ਸਾਡੇ ਸਾਡੇ ਵਿਛੜ ਗਿਆ ਇੱਕ ਐਕਸੀਡੈਂਟ ਦੌਰਾਨ। ਅੱਜ ਅਸੀਂ ਉਹ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਹਰਜੀਤ ਨੇ ਆਪਣੀ ਜ਼ਿੰਦਗੀ ਬਹੁਤ ਛੋਟੀ ਬਤੀਤ ਕੀਤੀ ਆ, ਪਰ ਉਹਦਾ ਵੱਡਾ ਹਿੱਸਾ ਮੋਗੇ ਗੁਰਨਾਨਕ ਕਾਲਜ ਦੇ ਨਾਲ ਭੂਤ ਬੰਗਲਾ ਉੱਥੇ ਕੱਟਿਆ। ਇੱਥੇ ਕਾਲਾ ਗਾਜੀਆਣੀਆਂ, ਵੈਲੀ, ਰਾਜੇ ਹੁਣੀ, ਬਾਜ ਹੁਣੀ, ਗਿੱਲੇ ਹੁਣੀ, ਹਰਜੀਤ ਦੀ ਸਾਰੀ ਟੀਮ ਇਸ ਜਗ੍ਹਾ 'ਤੇ ਰਹਿੰਦੀ ਰਹੀ ਆ। ਇਹਨੂੰ ਭੂਤ ਬੰਗਲਾ ਵੀ ਕਿਹਾ ਜਾਂਦਾ। ਥੋੜ੍ਹੀ ਦੂਰੀ 'ਤੇ ਗੁਰਨਾਨਕ ਕਾਲਜ ਦਾ ਉਹ ਗਰਾਊਂਡ ਆ ਜਿੱਥੇ ਉਹਨੇ ਮਿਹਨਤ ਕੀਤੀ ਅਤੇ ਸਵੇਰੇ ਸ਼ਾਮ ਮਿਹਨਤ ਕਰਦਾ ਸੀਗਾ। ਜੇ ਮੈਚ ਨਾ ਹੋਣਾ ਤਾਂ 3 ਟਾਈਮ ਉੱਥੇ ਮਿਹਨਤ ਕਰਦਾ ਸੀ, ਸਵੇਰੇ, ਦੁਪਹਿਰੇ, ਸ਼ਾਮ ਨੂੰ। ਅਤੇ ਦੱਸਣਾ ਚਾਹੁੰਦੇ ਹਾਂ ਇਹ ਉਹ ਜਗ੍ਹਾ ਹੈ ਭੂਤ ਬੰਗਲਾ, ਇਹਦੇ ਨਾਲ ਹੀ ਗੁਰਨਾਨਕ ਕਾਲਜ ਆ, ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਹਾਂ ਜਿੱਥੇ ਹਰਜੀਤ ਮਿਹਨਤ ਕਰਦਾ ਹੁੰਦਾ ਸੀ। ਦੋਸਤੋ, ਬੇਸ਼ੱਕ ਅੱਜ ਇਹ ਜਿਹੜਾ ਮਕਾਨ ਹੈ ਟੈਟਰੀ ਹੋਇਆ ਹੋਇਆ, ਢਾਇਆ ਗਿਆ ਹੈ, ਪੁਰਾਣਾ ਖੰਡਰ ਕਹਿ ਸਕਦੇ ਹਾਂ। ਉਸ ਟਾਈਮ 'ਤੇ ਇੱਥੇ ਕਮਰੇ ਮੌਜੂਦ ਸੀਗੇ, ਥੋੜ੍ਹਾ ਪੁਰਾਣਾ ਕਰਕੇ ਇਸ ਨੂੰ ਭੂਤ ਬੰਗਲਾ ਵੀ ਕਿਹਾ ਜਾਂਦਾ ਸੀਗਾ। ਅਤੇ ਦੋਸਤੋ, ਆਓ ਤੁਹਾਨੂੰ ਦਿਖਾਈ ਦੇ ਗੁਰਨਾਨਕ ਕਾਲਜ ਦੇ ਉਹ ਗਰਾਊਂਡ, ਭਾਗਾਂ ਵਾਲੀ ਗਰਾਊਂਡ ਆ ਜਿੱਥੇ ਹਰਜੀਤ ਉਹਨਾਂ ਨੇ ਲੰਮਾ ਸਮਾਂ ਮਿਹਨਤ ਕੀਤੀ ਆ। ਅਤੇ ਆਓ ਨਾਲੇ ਉਹਨਾਂ ਦੇ ਹਾਣੀ ਨਾਲ ਗੱਲਬਾਤ ਵੀ ਕਰਦੇ ਹਾਂ ਇੱਥੇ ਆਪਾਂ। ਸੋ ਇਹ ਆ ਕਰਮਾਂ ਵਾਲੀ ਪਵਿੱਤਰ ਧਰਤੀ, ਪਵਿੱਤਰ ਗਰਾਊਂਡ ਗੁਰੂ ਨਾਨਕ ਕਾਲਜ ਦੀ। ਹਰਜੀਤ ਹੁਣਾਂ ਤੋਂ ਇਲਾਵਾ ਵੀ ਇੱਥੇ ਅਨੇਕਾਂ ਹੋਰ ਵੀ ਪਲੇਅਰ ਪੈਦਾ ਹੋਏ ਨੇ, ਅਤੇ ਉਹ ਆਪਾਂ ਬਾਈ ਮੱਟੇ ਤੋਂ ਪੁੱਛਾਂਗੇ ਕਿਹੜੇ ਕਿਹੜੇ ਪਲੇਅਰ ਪੈਦਾ ਹੋਏ ਨੇ। ਅਤੇ ਇੱਥੇ ਗਰਾਊਂਡ ਜਦੋਂ ਸਵੇਰੇ ਸ਼ਾਮ ਹਰਜੀਤ ਨੇ ਮਿਹਨਤ ਕਰਦੇ ਸੀਗੇ ਤਾਂ ਗਰਾਊਂਡ ਭਰੀ ਭਰੀ ਲੱਗਦੀ ਹੁੰਦੀ ਸੀਗੀ। ਇੱਥੋਂ ਉਹਨਾਂ ਨੇ ਮੈਚ 'ਤੇ ਜਾਣਾ ਸਿੱਧੇ, ਅਤੇ ਇੱਥੇ ਮਿਹਨਤ ਕਰਦੇ ਉਹਨਾਂ ਨੂੰ ਲੋਕਾਂ ਨੇ ਦੇਖਣਾ, ਕਈ ਮੁੰਡਿਆਂ ਨੇ ਨਵਿਆਂ ਨੇ ਵੀ ਉਹਨੂੰ ਵੇਖ ਕੇ ਮਿਹਨਤ ਕਰਨੀ ਸਿੱਖੀ ਇੱਥੇ। ਅਤੇ ਦੋਸਤੋ, ਇਹ ਆ ਉਹ ਮੋਟਰ ਜਿੱਥੇ ਪ੍ਰੈਕਟਿਸ ਕਰਨ ਤੋਂ ਬਾਅਦ ਹਰਜੀਤ ਨਹਾਉਂਦੇ ਹੁੰਦੇ ਸੀਗੇ, ਛਾਲਾਂ ਮਾਰ ਦਿੰਦੇ ਸੀਗੇ। ਕਾਲਾ ਹੁਣ ਬਾਈ ਹੁਣੀ, ਗਾਜਾਣੀਆਂ, ਬਾਜ ਬਾਈ, ਕੌਂਕਿਆਂ ਤੋਂ ਸਾਰੇ ਹੀ ਪਲੇਅਰ, ਜਿੰਨੀ ਟੀਮ ਸੀ ਬਾਈ ਉਹਨਾਂ ਦੀ, ਸਾਰੀ ਇਸ ਮੋਟਰ ਦੇ ਉੱਤੇ ਸ਼ਾਮ ਨਹਾਉਂਦੀ ਸੀ, ਰੌਣਕਾਂ ਲੱਗਦੇ ਹੁੰਦੇ ਸੀ, ਕਰਮਾਂ ਵਾਲੀ ਕਹਿ ਸਕਦੇ ਤਾਂ। ਸੋ ਦੋਸਤੋ, ਤੁਸੀਂ ਦੇਖਿਆ ਹਰਜੀਤ ਬਾਜਾ ਖਾਨਾ ਕਬੱਡੀ ਦਾ ਚੜ੍ਹਦਾ ਸੂਰਜ ਕਿੱਥੇ ਰਹਿੰਦਾ ਸੀ ਮੋਗੇ ਵਿੱਚ, ਅਤੇ ਜਿਹੜੀ ਉਹ ਮੋਟਰ ਦਿਖਾਈ ਸੀ ਨਹਾਉਂਦੇ ਹੁੰਦੇ ਸੀ ਸਾਰੇ। ਅਤੇ ਅਸੀਂ ਹੁਣ ਗਰਾਊਂਡ ਦੇ ਵਿੱਚ ਹਾਂ, ਅਤੇ ਉਹਨਾਂ ਦੇ ਸੰਗੀ ਸਾਥੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਈ, ਸਵਾਗਤ ਹੈ ਤੁਹਾਡਾ ਜੀ ਚੈਨਲ ਪੰਜਾਬ 'ਤੇ। ਹਾਂ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਅਤੇ ਬਾਈ, ਇਸ ਗਰਾਊਂਡ ਦੇ ਵਿੱਚ ਹਰਜੀਤ ਬਾਜਾ ਖਾਨਾ ਨੇ ਲੰਮਾ ਚਿਰ ਖੇਡਿਆ, ਪਰ ਪਹਿਲਾਂ ਹੁਣ ਦੱਸੋ ਬਾਈ ਇੱਥੇ ਹੋਰ ਕਿੰਨੇ ਪਲੇਅਰ ਗਰਾਊਂਡ 'ਚ ਪੈਦਾ ਹੋਏ? ਆਪਾਂ ਹਰਜੀਤ ਦੀ ਗੱਲ ਬਾਅਦ 'ਚ ਕਰ ਲੈਂਦੇ ਹਾਂ। ਇਸ ਗਰਾਊਂਡ ਦੇ ਵਿੱਚ ਇੱਕ ਤਾਂ ਹਰਮਨ ਜਿਹੜੀ ਮੌਜੂਦਾ T20 ਕ੍ਰਿਕਟ ਦੀ ਕਪਤਾਨ ਹੈਗੀ ਹੈ, ਜਤਿੰਦਰ ਸਿੰਘ ਤੂਰ ਸ਼ਾਰਟਪੁੱਟ ਦੇ ਵਿੱਚ ਜਿਹਨਾਂ ਨੇ ਏਸ਼ੀਆ ਦੇ ਵਿੱਚ ਰਿਕਾਰਡ ਰੱਖਿਆ ਹੈਗਾ ਜੀ, ਇੱਕ ਹੁਣੇ ਹੁਣੇ ਮੇਰਾ ਬੇਟਾ ਇਕਨੂਰ ਜੌਹਲ ਯੂਥ ਦੇ ਵਿੱਚ ਇੰਡੀਆ ਟੀਮ ਦੇ ਵਿੱਚ ਗਿਆ ਬਾਸਕਟਬਾਲ ਦੇ ਵਿੱਚ। ਚਲੋ, ਇਹ ਤਾਂ ਵਧੀਆ ਗੱਲ ਤੁਹਾਨੂੰ ਦੱਸੀ ਤੁਸੀਂ ਸਾਨੂੰ। ਅਤੇ ਹਰਜੀਤ ਦੀਆਂ ਯਾਦਾਂ ਬੜੀਆਂ ਬਾਈ ਇੱਥੇ, ਤੁਸੀਂ ਉਹਨਾਂ ਦੇ ਦੋਸਤੋਂ ਪੁਰਾਣੇ, ਕਿਵੇਂ ਮੇਲ ਹੋਇਆ ਹਰਜੀਤ ਨਾਲ? ਬਿਲਕੁਲ, ਮੇਰੀ ਸਾਰੀ ਉਮਰ ਇਸ ਗਰਾਊਂਡ 'ਚ ਹੀ ਨਿਕਲੀ ਹੈ, ਤਾਂ ਅਸੀਂ ਇੱਥੇ ਹੈਂਡਬਾਲ ਖੇਡਦੇ ਹੁੰਦੇ ਸੀ, ਗੁਰੂ ਨਾਨਕ ਸਪੋਰਟਸ ਕਲੱਬ ਦੇ ਸਾਰੇ ਮੈਂਬਰ, ਤਾਂ ਉਹ ਵੀ ਇੱਥੇ ਪ੍ਰੈਕਟਿਸ ਕਰਨ ਆਉਂਦੇ ਸੀ, ਫਿਰ ਸਾਡਾ ਉਹਨਾਂ ਨਾਲ ਹੌਲੀ ਹੌਲੀ ਹੈਂਡਬਾਲ ਦਾ ਮੈਚ ਪੈਣ ਲੱਗ ਗਿਆ, ਕਿਉਂਕਿ ਹੈਂਡਬਾਲ ਅਤੇ ਕਬੱਡੀ ਸੇਮ ਹੀ ਹੈ, ਉਹਦੇ 'ਚ ਵੀ ਡੋਜ ਸਟਰੈਂਥ ਸਟੈਮਿਨਾ ਦੀ ਲੋੜ ਪੈਂਦੀ ਹੈ, ਤਾਂ ਇਸ ਕਰਕੇ ਉਹਦਾ ਮੇਲ ਹੋਇਆ ਸਾਡਾ। ਅਤੇ ਹਰਜੀਤ ਨਾਲ ਤੁਸੀਂ ਮੈਚ ਵੀ ਖੇਡੋ ਕਦੇ? ਨਹੀਂ, ਮੈਨੂੰ ਜਦੋਂ ਉਹਨੇ ਦੇਖਿਆ ਕਿ ਤੇਰੇ 'ਚ ਜ਼ੋਰ ਹੈਗਾ ਥੋੜ੍ਹਾ ਜਿਹਾ, ਤਾਂ ਮੈਂ ਇੱਕ ਦੋ ਮੈਚ ਲਾਉਣ ਗਿਆ ਉੱਥੇ, ਕਬੱਡੀ ਉਦੋਂ ਸਟਾਰਟ ਕਰਾਈ ਸੀ, ਪਰ ਅਨਫੋਰਚੁਨੇਟਲੀ ਉਹਦੀ ਫਿਰ ਡੈਥ ਹੋ ਗਈ, ਫਿਰ ਉਸ ਤੋਂ ਬਾਅਦ ਜੀ ਨਹੀਂ ਕੀਤਾ। ਕਿਹੜੇ ਕਿਹੜੇ ਪਲੇਅਰ ਟੀਮ ਦੇ ਇੱਥੇ ਖੇਡਦੇ ਰਹੇ ਉਹਨਾਂ ਦੇ ਨਾਲ? ਕਾਲੇ ਹੁਣੀ, ਰਾਜਾ, ਗਾਗੋ, ਬੈਲੀ, ਸੀਰਾ, ਜਸ, ਸਾਰੇ ਖੇਡਦੇ ਰਹੇ, ਬਬਲੀ, ਜਿਹੜੇ ਬਾਜ ਕੌਂਕੇ। ਕਿਹੋ ਜਿਹੀ ਪ੍ਰੈਕਟਿਸ ਕਰਦੇ ਬਾਈ? ਕਿਵੇਂ ਅੱਜ ਕੱਲ੍ਹ ਜਿੰਮ ਆ ਗਏ ਹੈ ਨਾ, ਅਤੇ ਉਹ ਇੱਥੇ ਕਿਹੜੀ ਮਿਹਨਤ ਕਰਦੇ ਸੀ, ਕਿੱਦਾਂ ਦੀ ਵਰਜਿਸ਼ ਸੀ ਉਹਨਾਂ ਦੀ? ਉਹ ਇੱਕ ਤਾਂ ਤੁਹਾਨੂੰ ਦੱਸਿਆ ਸਾਡੇ ਨਾਲ ਹੈਂਡਬਾਲ ਖੇਡਣੀ, ਹੈਂਡਬਾਲ ਦੇ ਵਿੱਚ ਬਹੁਤ ਜ਼ੋਰ ਲੱਗ ਜਾਂਦਾ ਸੀ, ਉਦੋਂ ਬਾਅਦ ਆਪਦੇ ਪੁਸ਼ਅਪਸ ਵਗੈਰਾ ਲਾਉਂਦੇ, ਫਿਰ ਮੇਰੇ ਕੋਲ ਮੇਰਾ ਜਿੰਮ ਸੀਗਾ, ਜਿੰਮ 'ਚ ਵੀ ਚਲੇ ਜਾਂਦੇ ਸੀਗੇ। ਉਹ ਤੁਹਾਡਾ ਮਤਲਬ ਮੋਗੇ ਦਾ ਜਿੰਮ ਪਹਿਲਾਂ ਤੁਹਾਡਾ ਸੀਗਾ? ਬਿਲਕੁਲ, ਪਹਿਲਾਂ ਠੀਕ ਹੈ ਸੀਗਾ। ਠੀਕ ਹੈ ਜੀ, ਬਿਲਕੁਲ। ਅਤੇ ਸੋ ਸਾਡੇ ਨਾਲ ਬਾਈ ਸ਼ਮਸ਼ੇਰ ਸਿੰਘ ਜੌਹਲ, ਜਿਹਨੂੰ ਮੱਟਾ ਜੌਹਲ ਵੀ ਕਹਿੰਦੇ ਆ, ਸਾਡੇ ਨਾਲ ਨੇ। ਨਾਲ ਜਸਪਾਲ ਮੋਗਾ ਬਾਈ ਦੁਬਈ ਤੋਂ ਆਏ ਨੇ, ਇਹ ਵੀ ਇੱਥੇ ਹਰਜੀਤ ਨਾਲ ਖੇਡਦੇ ਰਹੇ ਨੇ। ਬਾਈ, ਸਵਾਗਤ ਹੈ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਹਰਮਨਪ੍ਰੀਤ ਤੋਂ ਖੇਡ ਕੇ ਗਏ ਨੇ, ਪਲੇਅਰ ਹੋਰ ਵੀ ਪੈਦਾ ਹੋਏ ਨੇ, ਹੋਰ ਹਰਜੀਤ ਦੀਆਂ ਯਾਦਾਂ ਤੁਹਾਨੂੰ ਕਿੱਦਾਂ ਸੁਭਾਅ ਸੀ ਉਹਨਾਂ ਦਾ? ਹਰਜੀਤ ਦੇਖੋ, ਪਲੇਅਰ ਦਾ ਸਭ ਨੂੰ ਪਤਾ ਹੀ ਹੈ, ਬਹੁਤ ਵਧੀਆ ਸੀਗਾ, ਲੇਕਿਨ ਸੁਭਾਅ ਪੱਖੋਂ ਵੀ ਬਹੁਤ ਵਧੀਆ ਸੀਗਾ। ਬਾਈ, ਇੱਕ ਨਾ ਅਫਵਾਹ ਵੀ ਉੱਡੀ ਵੀ ਆ, ਵੈਸੇ ਤਾਂ ਅਫਵਾਹ ਹੀ ਕਹਿ ਸਕਦੇ ਹਾਂ ਹੈ ਨਾ,
ਕੋਈ ਕਹਿੰਦਾ ਉਹਦਾ ਸੁਭਾਅ ਵਧੀਆ ਨਹੀਂ ਸੀਗਾ ਜਾਂ ਕਰੈਕਟਰ ਵਧੀਆ ਨਹੀਂ ਸੀਗਾ, ਅਤੇ ਜਦੋਂ ਉਹਨੇ ਡੈਥ ਹੋਈ ਆ ਲੋਕ ਐਵੇਂ ਅਫਵਾਹ ਗੱਲਾਂ ਬਾਤਾਂ ਉਹ ਭੜੀਆਂ ਭੜੀਆਂ ਕਰਦੇ ਵੀ ਕੋਈ ਕਹਿੰਦਾ ਚੰਗਾ ਹੋਇਆ ਇੱਦਾਂ ਹੈ ਨਾ, ਪਰ ਇਹ ਅਫਵਾਹ ਹੀ ਆ, ਪਰ ਤੁਸੀਂ ਨੇੜੇ ਰਹੇ ਹੋ, ਦੱਸੋ ਮਾੜਾ ਜਿਹਾ ਸੁਭਾਅ ਬਾਰੇ। ਬਿਲਕੁਲ, ਬਹੁਤ ਲੰਬਾ ਸਮਾਂ ਮੈਂ ਇਸ ਗਰਾਊਂਡ 'ਚ ਵੀ ਰਿਹਾ, ਉਹਦੇ ਨਾਲ ਬਾਜ਼ਾਰ ਵੀ ਜਾਂਦੇ ਰਹੇ ਹਾਂ, ਹੋਰ ਸ਼ਹਿਰਾਂ 'ਚ ਵੀ ਜਾਂਦੇ ਰਹੇ ਹਾਂ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ। ਕਰੈਕਟਰ ਪੱਖੋਂ ਬਹੁਤ ਵਧੀਆ ਇਨਸਾਨ ਸੀਗਾ ਉਹ, ਇਹ ਬਿਲਕੁਲ ਕਹਿੰਦੇ ਹੁੰਦੇ ਵੀ ਕਿਸੇ ਦੀ ਜਿਹੜੀ ਨਿੰਦਿਆ ਕਰਨੀ ਬਹੁਤ ਸੌਖੀ ਹੈ, ਤਾਰੀਫ ਕਰਨੀ ਬਹੁਤ ਔਖੀ ਹੈ, ਉਹ ਉਸ ਤਰ੍ਹਾਂ ਦਾ ਲੱਗਦਾ ਮੈਨੂੰ। ਕੋਈ ਉਹਦੇ ਸਰਜੀਤ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ, ਅਸੀਂ ਘਰੇ ਵੀ ਲਿਆ ਚਲੇ ਜਾਂਦਾ ਸੀ, ਸਾਡੇ ਰੋਟੀ ਪਾਣੀ ਖਾਂਦੇ ਸੀ ਘਰੇ, ਜੇ ਕੋਈ ਮਾੜਾ ਇਨਸਾਨ ਹੋਵੇ ਉਹਨੂੰ ਘਰੇ ਥੋੜ੍ਹਾ ਲਿਜਾਂਦਾ। ਬਿਲਕੁਲ ਸਹੀ ਗੱਲ ਹੈ। ਹੋਰ ਕੋਈ ਤੁਹਾਨੂੰ ਯਾਦਾਂ ਹਰਜੀਤ ਨਾਲ ਹੋਣੀਆਂ ਜੁੜੀਆਂ ਹੁਣ? ਬਸ ਆਹੀ ਹੈ, ਇੱਥੇ ਮੋਟਰ 'ਤੇ ਨਹਾ ਲੈਣਾ, ਪ੍ਰੈਕਟਿਸ ਕਰ ਲੈਣੀ, ਤਾਂ ਵਧੀਆ ਇਨਸਾਨ ਸੀਗਾ। ਬਾਈ ਜਸਪਾਲ, ਤੁਹਾਡੀਆਂ ਯਾਦਾਂ ਕਿਹੜੀਆਂ ਕਿਹੜੀਆਂ ਜੁੜੀਆਂ ਹਰਜੀਤ ਬਾਈ ਹੁਣਾਂ ਨਾਲ? ਇੱਦਾਂ ਕਿ ਅਸੀਂ ਇੱਥੇ ਹੈਂਡਬਾਲ ਖੇਡਦੇ ਹੁੰਦੇ ਸੀ ਉਹਨਾਂ ਨਾਲ, ਅਤੇ ਸਾਡੀ ਉਮਰ ਉਦੋਂ ਛੋਟੀ ਸੀਗੇ, ਅਸੀਂ 9ਵੀਂ 10ਵੀਂ 'ਚ ਪੜ੍ਹਦੇ ਹੁੰਦੇ ਸੀਗੇ, ਜਿਸ ਕਰਕੇ ਉਹ ਸਾਨੂੰ ਨਾਲ ਹੈਂਡਬਾਲ ਖੜਾ ਲੈਂਦੇ ਸੀ, ਵੇਟ ਪਤਲਾ ਹੋਣ ਕਰਕੇ ਸਾਨੂੰ ਨਾਲ ਉਹਨਾਂ ਨੇ ਕਹਿਣਾ ਵੀ ਤੁਸੀਂ ਜਦੋਂ ਹਰਜੀਤ ਨੇ ਰੀਚਾਂ ਲਾਉਣੀਆਂ ਮੈਨੂੰ ਪੈਰਾਂ 'ਤੇ ਬਹਾ ਲੈਂਦਾ ਹੁੰਦਾ ਸੀ ਕਿ ਤੂੰ ਮੇਰੇ ਪੈਰਾਂ 'ਤੇ ਬਹਿ ਜਾ ਤਾਂ ਕਿ ਪੈਰ ਨਾ ਚੱਕੇ ਜਾਣ, ਅਤੇ ਮੈਂ ਹਰਜੀਤ ਬਾਈ ਦੇ ਪੱਟਾਂ ਨੂੰ ਜੱਫਾ ਮਾਰ ਲੈਂਦਾ ਹੁੰਦਾ ਸੀ, ਅਤੇ ਮੇਰੇ ਮਤਲਬ ਕਿ ਵਾਹਿਗੁਰੂ ਦੀ ਇੰਨੀ ਕਿਰਪਾ ਸੀ ਬਾਈ ਹਰਜੀਤ 'ਤੇ ਕਿ ਉਹਨਾਂ ਦੇ ਪੱਟ ਮਤਲਬ ਮਿਹਨਤ ਨਾਲ ਵੀ ਇੰਨੇ ਮੋਟੇ ਸੀ, ਇੰਨੇ ਸਡੋਲ ਸੀ ਕਿ ਮੇਰੇ ਹੱਥ ਇੱਥੇ ਰਹਿ ਜਾਂਦੇ ਸੀ, ਮੇਰੇ ਹੱਥਾਂ ਦੇ ਵਿੱਚ ਮਤਲਬ ਮੇਰੇ ਪੰਜੇ ਪੱਟਾਂ ਦੇ ਵਿੱਚ ਐਂ ਫਸਦੇ ਨਹੀਂ ਹੁੰਦੇ ਸੀਗੇ। ਅਤੇ ਹੋਰ ਵੀ ਬੜੀਆਂ ਯਾਦਾਂ ਸੇਖੇ ਬਾਈ ਦੀਆਂ ਬਹੁਤ ਯਾਦਾਂ। ਇੱਕ ਵਾਰੀ ਹਾਸੇ ਵਾਲੀ ਗੱਲ ਹੈ ਕਿ ਸੇਖਾ ਬਾਈ ਅਤੇ ਹਰਜੀਤ ਇੱਥੇ ਜ਼ੋਰ ਕਰਨ ਲੱਗ ਗਏ, ਜ਼ੋਰ ਦਾ ਮਤਲਬ ਇੱਦਾਂ ਸਿਰਫ ਧੌਲਾ ਮਾਰਨੀਆਂ, ਇੱਕ ਦੂਜੇ ਨੂੰ ਪਿੱਛੇ ਪਿੱਛੇ ਧੱਕਣਾ, ਅਤੇ ਹਰਜੀਤ ਬਾਈ ਤੋਂ ਸੇਖੇ ਵਾਲਾ ਬਾਈ ਇੰਨਾ ਵੱਡਾ ਸੀ, ਜ਼ੋਰ 'ਚ ਵੀ ਜ਼ਿਆਦਾ ਸੀ, ਮੈਂ ਕੋਲੇ ਖੜਾ ਇੱਦਾਂ ਦੇਖੀ ਜਾਂਦਾ ਸੀ ਵੀ ਕੀ ਕਰੀ ਜਾਂਦੇ, ਜ਼ੋਰ ਲਾਈ ਜਾਂਦੇ ਆ। ਸੇਖ ਵਾਲੇ ਬਾਈ ਨੂੰ ਪਤਾ ਨਹੀਂ ਕੀ ਹੋਇਆ, ਉਹਨੇ ਹਰਜੀਤ ਬਾਈ ਦੇ ਲੱਤਾਂ 'ਚ ਹੱਥ ਪਾਇਆ ਅਤੇ ਚੱਕ ਕੇ ਹਰਜੀਤ ਨੂੰ ਥੱਲੇ ਮਾਰਿਆ, ਹਰਜੀਤ ਬਾਈ ਦਾ ਸਿਰ ਥੱਲੇ ਵੱਜਿਆ, ਹਰਜੀਤ ਬਾਈ ਸਿਰ ਫੜ ਕੇ ਬਹਿ ਗਿਆ ਇੱਦਾਂ, ਅਤੇ ਉਹ ਕੋਲੇ ਖੜਾ, ਉਹ ਕੁਛ ਨਹੀਂ ਕਰ ਰਿਹਾ ਉਹਨੂੰ ਕਿ ਤੈਨੂੰ ਮੈਂ ਸਹੀ ਬਾਈ ਕੀ ਸੱਟ ਵੱਜੀ ਹਰਜੀਤ ਦੇ ਕੋਲੇ ਖੜਾ ਇੱਦਾਂ, ਅਤੇ ਕਾਲੇ ਹੋਣੇ ਬਾਈ ਕੀ ਗੱਲ ਕੀ ਗੱਲ ਹੋ ਗਈ ਹਰਜੀਤ ਕੀ ਗੱਲ ਹੋ ਗਈ, ਕਾਲੇ ਬਾਈ ਨੂੰ ਕਹਿਣ ਲੱਗੇ ਹਰਜੀਤ ਕਹਿੰਦਾ ਇਹਨੂੰ ਫੜ ਲਓ ਇਹਨੂੰ ਫੜ ਲਓ, ਸੇਖਾ ਬਾਈ ਇੱਧਰ ਨੂੰ ਭੱਜ ਲਿਆ, ਹਰਜੀਤ ਮਤਲਬ ਹਰਜੀਤ ਬਾਈ ਬੈਠਾ ਅਸੀਂ ਵੀ ਮਗਰ ਭੱਜ ਲਿਆ ਉਹਨੂੰ ਫੜਨ ਨੂੰ, ਅਸੀਂ ਫੜ ਤਾਂ ਨਹੀਂ ਸਕਦੇ ਸੀ ਵੈਸੇ ਹੀ ਹਾਸੇ ਨਾਲ ਮਗਰ ਭੱਜ ਲਏ, ਸਾਰੇ ਉਹਦੇ ਮਗਰ ਭੱਜ ਲਏ, ਉਹਨੂੰ ਚਾਰ ਜਣਿਆਂ ਨੇ ਫੜ ਕੇ ਇੱਦਾਂ ਲਿਆਂਦਾ, ਉਹਨੂੰ ਲੱਤਾਂ ਲੁੱਤਾਂ ਅੜਾ ਕੇ ਸੇਖੇ ਵਾਲੇ ਨੂੰ ਥੱਲੇ ਸਿੱਟਿਆ, ਥੱਲੇ ਸਿੱਟ ਕੇ ਉਹਦੇ ਉੱਤੇ ਇੱਕ ਬੰਦਾ ਡਿੱਗਿਆ, ਫਿਰ ਉੱਤੇ ਡਿੱਗਿਆ, 6-7 ਜਣੇ ਉੱਤੇ ਡਿੱਗੇ, ਉੱਤੇ ਚੱਕ ਕੇ ਮੈਨੂੰ ਮਾਰਿਆ, ਥੱਲੇ ਸੇਖੇ ਵਾਲਾ ਪਿਆ ਹੱਸੀ ਆ, ਨਾਲੇ ਕਿਵੇਂ ਨਾਲੇ ਪੰਗੇ ਲੈਂਦੇ ਆ, ਨਾਲੇ ਸ਼ਰਾਰਤਾਂ ਕਰਦੇ ਆ, ਨਾਲੇ ਲੜਦੇ ਆ, ਨਾਲੇ ਪੰਗੇ ਲੈਂਦੇ ਆ, ਫਿਰ ਰੋਂਦੇ ਆ, ਇਹੋ ਜਿਹਾ ਬਾਈ ਹਰਜੀਤ ਹੁੰਦੇ, ਸਾਰੀ ਟੀਮ ਇੱਦਾਂ ਦੀ ਸੀ। ਇਹ ਗਰਾਊਂਡ ਉਹਨਾਂ ਦੇ ਟਾਈਮ ਬੜੀ ਭਰੀ ਭਰੀ ਲੱਗਦੀ ਸੀ, ਬੜੀ ਖੁਸ਼ਗਵਾਰ ਲੱਗਦੀ ਸੀ। ਦੋਸਤੋ, ਬੇਸ਼ੱਕ ਅੱਜ ਸਾਡੇ ਅਣਮੁੱਲੇ ਹੀਰਿਆਂ ਨੂੰ ਵਿਛੜਿਆਂ ਨੂੰ 20-22 ਸਾਲ ਨੇੜੇ ਹੋ ਗਿਆ, ਪਰ ਉਹਨਾਂ ਦੀਆਂ ਯਾਦਾਂ ਅਜੇ ਵੀ ਤਾਜ਼ੀਆਂ ਨੇ, ਉਹਨਾਂ ਦੇ ਦੋਸਤ ਆ ਕਈ ਭਾਵਕ ਵੀ ਹੋ ਜਾਂਦੇ ਆ ਕਈ ਯਾਦਾਂ ਤਾਜ਼ੀਆਂ ਕਰਦੇ ਕਰਦੇ। ਸੋ ਬਾਈ, ਹੋਰ ਕੋਈ ਯਾਦਾਂ ਤੁਹਾਡੀਆਂ ਹਰਜੀਤ ਨਾਲ ਜੁੜੀਆਂ ਹੋਣ? ਬਿਲਕੁਲ, ਹਰਜੀਤ ਬਹੁਤ ਵਧੀਆ ਸੁਭਾਅ ਦਾ ਸੀ ਮੇਰੇ ਨਾਲ, ਜਦੋਂ ਵੀ ਗੱਲ ਹੋਣੀ ਇਸ ਵਿਸ਼ੇ 'ਤੇ ਵੀ ਕਬੱਡੀ ਦੇ ਕਿਹੜੇ ਕਿਹੜੇ ਪਲੇਅਰ ਬਾਹਰ ਜਾਣਗੇ, ਤਾਂ ਉਹਨੇ ਹਮੇਸ਼ਾ ਕਹਿਣਾ ਵੀ ਕਬੱਡੀ ਦਾ ਜਿਹੜਾ ਪਿੰਡਾਂ 'ਚੋਂ ਕੋਈ ਗਰੀਬ ਪਲੇਅਰ ਦਾ ਵਧੀਆ ਪਲੇਅਰ ਆ ਨਾ ਜਿਹੜਾ, ਮੈਂ ਉਹੀ ਲੈ ਕੇ ਜਾਣਾ। ਅੱਜ ਕੱਲ੍ਹ ਤਾਂ ਤੁਸੀਂ ਦੇਖ ਲਓ ਲੋਕੀ ਪੈਸੇ ਚੱਕੀ ਫਿਰਦੇ, ਲੈਣ ਵਾਲੇ ਲਈ ਜਾਂਦੇ, ਦੇਣ ਵਾਲੇ ਦੇਈ ਜਾਂਦੇ ਆ, ਉਹਦੀ ਸੋਚ ਸੀਗੀ ਮੈਂ ਵਧੀਆ ਪਲੇਅਰ ਬਾਹਰ ਲੈ ਕੇ ਜਾਣਾ। ਜਦੋਂ ਉਹਦਾ ਵੀਜ਼ਾ ਲੱਗਿਆ ਬਾਹਰ, ਫਿਰ ਕਿੰਨੀ ਖੁਸ਼ੀ ਮਨਾਈ ਉਹਨੇ? ਬਹੁਤ ਖੁਸ਼ੀ ਮਨਾਈ, ਇੰਨਾ ਖੁਸ਼ ਹੋਇਆ, ਕਹਿੰਦਾ ਯਾਰ ਜੇ ਕਬੱਡੀ ਨਾ ਖੇਡਦੇ ਹੁੰਦੇ ਸ਼ਾਇਦ ਮੈਂ ਬਾਜੇਖਾਨੇ ਤੋਂ ਬਾਹਰ ਹੀ ਨਾ ਨਿਕਲ ਸਕਦਾ। ਬਿਲਕੁਲ ਸਹੀ ਗੱਲ, ਬੜਾ ਵੱਡਾ ਨਾਮ ਬਣਾਇਆ ਬਾਜੇ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਬਾਈ ਹੋਰ ਕੋਈ ਯਾਦ ਤਾਂ ਨਹੀਂ ਕਰੋ? ਇੱਕ ਵਾਰੀ ਤੁਹਾਡੇ ਚੈਣੇ ਬਾਈ ਨੇ, ਸਿੱਧੂ ਵਾਲੇ ਨੇ ਚੈਣੇ ਬਾਈ ਨੇ ਗੱਲ ਦੱਸੀ, ਉਹ ਕਹਿੰਦਾ ਵੀ ਮੇਰਾ ਵਿਆਹ ਸੀਗਾ ਅਤੇ ਮੇਰੇ ਵਿਆਹ 'ਤੇ ਅਤੇ ਹਰਜੀਤ ਬਾਈ ਹੁਣੇ ਦੁੱਧ ਇਕੱਠਾ ਕਰਦੇ, ਅਤੇ ਹਰਜੀਤ ਬਾਈ ਦੇ ਡਰਾਮਾ ਚੱਕਿਆ ਹੋਇਆ ਸਿਰ 'ਤੇ ਦੁੱਧ ਵਾਲਾ, ਅਤੇ ਪਿੱਛੋਂ ਕੁੱਤਾ ਪੈ ਗਿਆ ਹਰਜੀਤ ਨੂੰ, ਅਤੇ ਪਿੱਛੇ ਝਾ ਕੇ ਕਹਿੰਦਾ ਪਿੰਜਨੀ ਨੂੰ ਮੂੰਹ ਪਾਲੇਗਾ, ਇੰਨਾ ਮਤਲਬ ਕਿ ਸੀਗਾ ਕਿ ਹਾਂਜੀ ਹਾਂ ਹਾਂ ਜੁੱਸਾ ਇੰਨਾ ਭਰਮਾ ਸੀ, ਪੱਟ ਪਿੰਜਣੀਆਂ ਇੰਨੀਆਂ ਮੋਟੀਆਂ ਸੀ, ਕੁੱਤੇ ਨੂੰ ਕਹਿੰਦਾ ਕਿ ਪਿੰਜਣੀ ਨੂੰ ਮੂੰਹ ਪਾਲੇਗਾ, ਭੌਂ ਕੀਤਾ ਜਾਂਦਾ ਐਡਾ ਮੂੰਹ ਹੈਗਾ ਕਿ ਪਿੰਜਣੀ ਨੂੰ ਮੂੰਹ ਪੈ ਜੂਗਾ ਤੇਰਾ। ਮਾਟਾ ਬਾਈ, ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਲੋਕ ਧੀਆਂ ਨੂੰ ਕੁੱਖਾਂ 'ਚ ਮਾਰੀ ਜਾਂਦੇ ਨੇ, ਅਤੇ ਸੁਣਨ ਵਿੱਚ ਆਇਆ ਜਦੋਂ ਹਰਜੀਤ ਬਾਈ ਦੇ ਬੇਟੀ ਹੋਈ ਆ ਅਤੇ ਕਹਿੰਦੇ ਬੜਾ ਜਸ਼ਨ ਮਨਾਇਆ ਸੀ ਹਰਜੀਤ ਨੇ, ਪਾਰਟੀ ਕੀਤੀ ਸੀ ਮੌਕੇ ਦੇ ਵਿੱਚ? ਬਿਲਕੁਲ, ਉਹਨੇ ਪਾਰਟੀ ਕੀਤੀ, ਉਹ ਜਿਹੜੇ ਭੂਤ ਬੰਗਲਾ ਕਹਿੰਦੇ ਆਪਾਂ, ਉੱਥੇ ਅਸੀਂ ਬੈਠ ਕੇ ਸਾਰਿਆਂ ਨੇ ਕਬੱਡੀ ਪਲੇਅਰਸ, ਹੈਂਡਬਾਲ ਦੇ, ਗੁਰੂ ਨਾਨਕ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਜਿੰਨੇ ਸੀਗੇ, ਬੜੀ ਖੁਸ਼ੀ ਮਨਾਈ ਉਹਨੇ। ਅੱਛਾ ਜੀ। ਭਾਵੇਂ ਉਹ ਇਸ ਜਹਾਨ ਤੋਂ ਚਲਾ ਗਿਆ, ਬੇਟੀ ਦਾ ਮੂੰਹ ਨਹੀਂ ਸ਼ਾਇਦ ਦੇਖ ਸਕਿਆ ਉਹ, ਅਤੇ ਪਰ ਕੋਈ ਇੱਦਾਂ ਦੀ ਗੱਲ ਨਹੀਂ, ਕੁੜੀਆਂ ਮੁੰਡਿਆਂ ਦਾ ਕੋਈ ਫਰਕ ਨਹੀਂ। ਉਹਨਾਂ ਦੇ ਜਾਣ ਤੋਂ ਬਾਅਦ ਦੱਸਦੇ ਆ ਵੀ ਗਰਾਊਂਡ ਨਾਲ ਇੰਨਾ ਜੁੜੇ ਹੋਏ ਸੀ ਉਹ, ਵੀ ਉਹਨਾਂ ਦੇ ਬਾਅਦ 'ਚ ਅਸਥੀਆਂ ਦਾ ਵੀ ਇੱਥੇ ਗੱਡੀ ਦੇ ਵਿੱਚ ਗਿੜਾ, ਅਤੇ ਉਦੋਂ ਲੋਕ ਬਹੁਤ ਭਾਵੁਕ ਹੋਏ ਸੀਗੇ, ਤੁਸੀਂ ਇੱਥੇ ਮੌਜੂਦ ਸੀ ਉਦੋਂ? ਬਿਲਕੁਲ, ਮੈਂ ਮੌਜੂਦ ਸੀਗਾ, ਪੂਰੇ ਟਰੈਕ ਦਾ ਗੇੜਾ ਕਢਾਇਆ ਗੱਡੀ ਦੇ ਉੱਤੇ, ਤਾਂ ਉਹਦੀਆਂ ਯਾਦਾਂ ਬਹੁਤ ਜੁੜੀਆਂ ਸੀ, ਇਸ ਕਰਕੇ ਜ਼ਰੂਰੀ ਵੀ ਬਣਦਾ ਸੀ।
पत्ता पत्ता भी रो रहा है, दरख्त भी रो रहे थे, ग्राउंड भी रो रहे थे। एक उन्होंने हरी भरी ग्राउंड से, हूँ बेशक ग्राउंड हरी भरी जरूर हो गई पर उन्हें बिना सखनी है। वो प्लेयर जो खेडते थे तो उस टाइम बेशक इन्नी हरी भरी ग्राउंड बेशक ना हो पर उन्होंने होंदे हुए बड़ी एक ग्राउंड हसती खेडती लगती सी। मत भाई बड़ी वधिया गल्लां दस्सियां तुसीं बाजी खाने भाई दी। होर कोई तुहाडे जहन च उहदी याद होवे जिहड़ी तुहानूं कदे भुल्ली ना होवे? बिल्कुल, एक बार मैनूं याद है तरन तारन साइड ते पिंड दा नां तां नहीं मैनूं हुण याद, तां हरजीत नूं रात टैंपरेचर सीगा पर टीम दे नाल हो गया उत्थे। जदों टीम सारी कपड़े ला के मैदान च उतरी तां उहनां ने देखिया लोकां नूं बड़ा उत्साह सी उहदी शरीर वेखण दा ही, उहदा कबड्डी पाउण दा स्टाइल बहुत वधिया सीगा। तां लोकां ने कहा वी हरजीत कित्थे है, ਤਾਂ ਫਿਰ ਦੱਸਿਆ ਕਿ ਹਰਜੀਤ ਨੂੰ ਇਸ ਕਰਕੇ ਟੈਂਪਰੇਚਰ ਹੋ ਗਿਆ ਸੀ। ਹਾਂ ਟੈਂਪਰੇਚਰ ਆਇਆ ਅਤੇ ਇਸ ਕਰਕੇ ਆਇਆ ਨਾਲ ਹੀ ਆ ਉਹ। ਉਹ ਕਹਿੰਦੇ ਨਹੀਂ ਭਾਵੇਂ ਇੱਕ ਰੇਡ ਪਾ ਦੇ, ਅਸੀਂ ਉਹਦਾ ਉਹਦੀ ਬੋਡੀ ਦੇਖਣੀ ਚਾਹੁੰਦੇ। ਫਿਰ ਹਰਜੀਤ ਨੇ ਇੱਕ ਰੇਡ ਪਾਈ, ਲੋਕਾਂ ਨੇ ਤਾਲੀਆਂ ਮਾਰੀਆਂ, ਐਡਾ ਵਧੀਆ ਸਰੀਰ ਸੀ ਉਹਦਾ। ਦੂਜੀ ਗੱਲ ਇਹ ਹੈ ਕਿ ਜਦੋਂ ਟੂਰਨਾਮੈਂਟ ਹੁੰਦੇ ਸੀ ਤਾਂ ਕਈ ਕਈ ਟੂਰਨਾਮੈਂਟ ਹਰਜੀਤ ਬਾਈ ਨੂੰ ਜੱਫਾ ਨਹੀਂ ਲੱਗਦਾ ਸੀ, ਪਰ ਜਿਸ ਦਿਨ ਕੋਈ ਪਲੇਅਰ ਜਾਫੀ ਨੂੰ ਜੱਫਾ ਲਾ ਦਿੰਦਾ ਹੁੰਦਾ ਸੀ ਉਸ ਦਿਨ ਸਿਰਫ ਉਸ ਟੂਰਨਾਮੈਂਟ 'ਤੇ ਉਸ ਜਾਫੀ ਦੀਆਂ ਗੱਲਾਂ ਆਉਂਦੀਆਂ ਸੀ, ਸਾਰੇ ਲੋਕ ਉਸ ਜਾਫੀ ਮਗਰ ਹੀ ਹੁੰਦੇ ਸੀ ਕਿ ਆਹ ਉਹ ਜੋਧਾ ਜਿਹਨੇ ਹਰਜੀਤ ਨੂੰ ਜੱਫਾ ਲਾਇਆ। ਤਾਂ ਸੋਚੋ ਕਿ ਹਰਜੀਤ ਕਿੱਡਾ ਤਕੜਾ ਪਲੇਅਰ ਹੋਊਗਾ ਕਿ ਜਿੱਦਣ ਉਸ ਦਿਨ ਸਿਰਫ ਉਸ ਦੀਆਂ ਗੱਲਾਂ, ਕਿਤੇ ਟੂਰਨਾਮੈਂਟ ਹੋਣਾ ਅਤੇ ਕਿਸੇ ਨੇ ਪੁੱਛਣਾ ਹਰਜੀਤ ਨੇ ਆਉਣਾ, ਅਲੇ ਕਹਿਣਾ ਹਾਂ ਬਈ ਹਰਜੀਤ ਆਊ, ਫਿਰ ਲੋਕ ਜਾਂਦੇ ਸੀ। ਜਾਂ ਕਿਸੇ ਨੇ ਕਹਿਣਾ ਹਰਜੀਤ ਆਇਆ ਸੀ, ਆਇਆ ਸੀ, ਕਿਸੇ ਨੇ ਜੱਫਾ ਲਾਇਆ, ਨਹੀਂ ਬਈ ਨਹੀਂ ਲੱਗਿਆ, ਅਤੇ ਜੇ ਕਿਸੇ ਨੇ ਕਹਿ ਦੇਣਾ ਉਹਨੂੰ ਲੱਗਿਆ ਵਾਹ ਬਈ ਵਾਹ ਹਰਜੀਤ ਨੂੰ ਜੱਫਾ, ਬਈ ਹਰਜੀਤ ਨੂੰ ਜੱਫਾ ਠੋਕਤਾ ਨੇ, ਵੈਰੀ ਗੁੱਡ ਬਈ, ਬੜੀ ਵੱਡੀ ਗੱਲ ਹੈ। ਤਾਂ ਇੱਦਾਂ ਹੁੰਦਾ ਸੀ ਜੀ। ਮੱਟ ਬਾਈ ਜਿਵੇਂ ਪਹਿਲਾਂ ਵੀ ਗੱਲਬਾਤ ਕੀਤੀ ਆ ਵੀ ਕਈ ਲੋਕਾਂ ਨੂੰ ਹੁੰਦਾ ਵੀ ਜਿਹੜੇ ਨਹੀਂ ਕੁਛ ਕਰਨ ਜੋਗੇ ਹੁੰਦੇ ਹਨ ਉਹ ਐਵੇਂ ਨੁਕਸ ਕੱਢੀ ਜਾਂਦੇ ਬੰਦੇ 'ਚ, ਵੀ ਹਰਜੀਤ ਨੂੰ ਵੀ ਕਈ ਮਾੜਾ ਕਹੀ ਜਾਂਦੇ ਸੀਗੇ ਵੀ ਹਰਜੀਤ ਇੱਦਾਂ ਹਰਜੀਤ ਉੱਦਾਂ ਨਾ। ਤੁਸੀਂ ਕਿਹਾ ਕੋਈ ਦੋ ਲੈਣਾ ਯਾਦ ਆਈਆਂ ਹਰਜੀਤ ਦੇ ਸ਼ੇਅਰ ਦੀਆਂ? ਹਾਂ ਬਿਲਕੁਲ, ਮੈਨੂੰ ਇੱਕ ਸ਼ੇਅਰ ਯਾਦ ਆਇਆ। ਮੋਇਆ ਮਗਰੋਂ ਤਾਂ ਤੌਮਤਾਂ ਲੱਗਦੀਆਂ ਨੇ, ਜਿਉਂਦੇ ਸੁਣਿਆ ਨਾ ਸੀ ਮਾੜਾ ਬੋਲ ਮੀਆਂ, ਲੱਖ ਰੁਪਈਆ ਸੀ ਡੌਲੇ ਦੇ ਨਾਲ ਬੱਧਾ, ਲਾਓ ਜੱਫਾ ਤੇ ਲੈ ਜਾਓ ਖੋਲ ਮੀਆਂ। ਉਹਨੂੰ ਜੱਫਾ ਲਾਉਣਾ ਬਹੁਤ ਔਖਾ ਸੀਗਾ, ਬਿਲਕੁਲ ਕਦੇ ਕਦੇ ਜੱਫਾ ਲੱਗਦਾ ਹੁੰਦਾ ਸੀ। ਥੋੜੇ ਸ਼ਬਦਾਂ 'ਚ ਇੱਕ ਵੱਡੀ ਗੱਲਬਾਤ ਤੁਸੀਂ ਕਹਿ ਵੀ ਦਿੱਤੀ ਹੈ ਨਾ, ਤੁਸੀਂ ਬਾਈ ਹੋਰ ਤੁਹਾਡੀ ਕੋਈ ਆਸ ਬਾਈ? ਜੱਫੇ ਲਾਉਣ ਵਾਲੀ ਗੱਲ ਤਾਂ ਹੈ ਕਿ ਬਾਈ ਨੂੰ ਜੱਫਾ ਘੱਟ ਲੱਗਦਾ ਸੀਗਾ, ਦੂਜੀ ਗੱਲ ਇਹ ਹੈ ਕਿ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਇਹ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਕਿ ਬਾਈ ਕਿਸੇ ਦੇ ਬਾਈ ਨੇ ਕਿਸੇ ਦੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੂੰ ਕੁਛ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕੋਈ ਜੱਫਾ ਵੀ ਲਾਉਂਦਾ ਸੀ ਤਾਂ ਕਹਿੰਦਾ ਸੀ ਵੈਰੀ ਗੁੱਡ, ਤੂੰ ਜੱਫਾ ਲਾਇਆ ਮੈਨੂੰ। ਤਾਂ ਦੂਜੀ ਵਾਰੀ ਵੀ ਉਸ ਇਰਾਦੇ ਨਾਲ ਹੀ ਰੇਡ ਪਾਉਂਦਾ ਸੀਗਾ ਕਿ ਇਹ ਨਹੀਂ ਕਿ ਇਹਨੇ ਮੈਨੂੰ ਜੱਫਾ ਲਾਇਆ ਤੇ ਇਹਨੂੰ ਮੈਂ ਨੁਕਸਾਨ ਪਹੁੰਚਾਵਾਂ। ਉਹ ਐਡਾ ਵਧੀਆ ਪਲੇਅਰ ਸੀ, ਐਡਾ ਪਿਆਰਾ ਉਹ ਪਲੇਅਰ ਸੀਗਾ। ਬਾਈ ਤੁਸੀਂ ਸਟਾਈਲ ਦੀ ਗੱਲ ਕੀਤੀ ਸੀ, ਆਪਾਂ ਪਹਿਲਾਂ ਗੱਲ ਕਰਦੇ ਸੀ ਸਟਾਈਲ ਉਹਦਾ ਬਹੁਤ ਵਧੀਆ, ਕਿੱਦਾਂ ਸਟਾਈਲ ਸੀ ਉਹਨਾਂ ਦਾ ਕਬੱਡੀ ਪਾਉਣ ਦਾ? ਬਹੁਤ ਪਿਆਰਾ ਸਟਾਈਲ ਸੀਗਾ ਉਹਦਾ, ਹੱਸ ਕੇ ਕਬੱਡੀ ਪਾਉਣੀ ਉਹਨੇ, ਦੋਵੇਂ ਬਾਹਾਂ ਖਿਲਾਰ ਲੈਣੀਆਂ, ਉਸ ਤਰ੍ਹਾਂ ਦੀ ਕਾਪੀ ਕਿਸੇ ਤੋਂ ਹੋ ਨਹੀਂ ਸਕੀ ਅੱਜ ਤੱਕ। ਦੂਜੀ ਗੱਲ, ਬਾਈ ਦੀ ਡਾਜ ਇੰਨੀ ਚੰਗੀ ਸੀ, ਡਾਜ ਹੁਣ ਇੰਨੀ ਪਾਵਰਫੁਲ ਸੀ ਕਿ 90% ਉਹਦੀ ਡਾਜ ਸਕਸੈਸਫੁਲ ਹੁੰਦੀ ਸੀ। ਜੇ ਹੁਣ ਇੱਕ ਵਾਰੀ ਡਾਜ ਮਾਰੀ ਤਾਂ ਟੱਚ ਲਾਉਣਾ ਹੀ ਲਾਉਣਾ ਡਾਜ ਨਾਲ, ਅਤੇ ਦੋਵੇਂ ਅੰਗੂਠਿਆਂ ਨੂੰ ਮੱਥੇ ਉੱਤੇ ਧਰ ਕੇ ਸੂਰਜ ਨੂੰ ਨਮਸਕਾਰ ਕਰਨਾ, ਫਿਰ ਇੱਕਦਮ ਬਾਜ ਵਾਂਗੂ ਬਾਹਾਂ ਖਿਲਾਰ ਕੇ ਇੱਕਦਮ ਝੁੱਕ ਕੇ ਰੇਡ ਪਾਉਣੀ, ਵੱਖਰੀ ਰੇਡ ਸੀ, ਵੱਖਰਾ ਸਟਾਈਲ ਸੀ, ਬੜਾ ਪਿਆਰਾ ਸਟਾਈਲ ਸੀ ਉਹ। ਕਿਸੇ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਕਿਸੇ ਨੇ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਜਿਵੇਂ ਹਰਜੀਤ ਨੂੰ ਦੀਆਂ ਰੇਡਾਂ ਵਾਂਗੂ ਨਾ ਤਾਂ ਹਰਜੀਤ ਬਾਈ ਦੀਆਂ ਰੇਡਾਂ ਕਾਪੀ ਹੋਈਆਂ ਕਿਸੇ ਤੋਂ, ਅਤੇ ਨਾ ਹੀ ਉਹਦਾ ਸਟਾਈਲ ਕਾਪੀ ਹੋਇਆ। ਅਤੇ ਬਾਈ ਦੀ ਸਾਰੀ ਟੀਮ ਹੀ ਬਹੁਤ ਵਧੀਆ ਵਾ, ਸਾਰੇ ਟੀਮਾਂ ਦਾ ਅਲੱਗ ਅਲੱਗ ਪਲੇਅਰਾਂ ਦਾ ਅਲੱਗ ਅਲੱਗ ਸਟਾਈਲ ਸੀ, ਪਰ ਜਿਵੇਂ ਪਲੇਅਰਾਂ ਵਿੱਚ ਕਬੱਡੀ ਦੇ ਵਿੱਚ ਕਹਿ ਦਈਏ ਕਿ ਹਰਜੀਤ ਬਾਈ ਦਾ ਵੱਖਰਾ ਹੀ ਸਟਾਈਲ ਸੀਗਾ। ਜਦੋਂ ਤੱਕ ਕਬੱਡੀ ਰਹੂਗੀ, ਕਬੱਡੀ ਦਾ ਜੇ ਮੈਂ ਦੂਜਾ ਨਾਂ ਕਹਿ ਦਾਂ, ਕੋਈ ਕਬੱਡੀ ਦਾ ਦੂਸਰਾ ਨਾਮ ਪੁੱਛੂਗਾ ਤਾਂ ਉਹ ਬਾਈ ਹਰਜੀਤ ਹੀ ਹੈ। ਬਿਲਕੁਲ ਜੀ, ਸਾਡੇ ਨਾਲ ਬਾਈ ਜਤਿੰਦਰਪਾਲ ਸਿੰਘ ਜਿਹੜੇ ਦੌੜਾਕ ਵੀ ਸੀਗੇ ਇੱਥੇ ਗਰਾਊਂਡ ਦੇ ਗੇੜਿਆਂ ਦੀ, ਉਹਨਾਂ ਦੇ ਬਾਈ ਨਾਲ ਹਰਜੀਤ ਨਾਲ ਬੜਾ ਪਿਆਰ ਸੀਗਾ, ਸੁਣਦੇ ਉਹਨਾਂ ਤੋਂ ਬਾਈ ਦੀਆਂ ਕੁਝ ਯਾਦਾਂ। ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਵੀਰ ਜੀ ਹਰਜੀਤ ਸਿੰਘ ਬਾਜਾ ਖਾਨਾ ਬਹੁਤ ਵਧੀਆ ਸੁਭਾਅ ਦੇ ਬੰਦੇ ਸਨ। ਬਾਈ ਜੀ ਹੁਣਾਂ ਨੇ ਕਈ ਵਾਰੀ ਬਾਈ ਜੀ ਹੁਣਾਂ ਨੇ ਕਹਿਣਾ ਜਤਿੰਦਰਪਾਲ ਸਿੰਘ ਤੁਸੀਂ ਤਬਲਾ ਲੈ ਕੇ ਆਓ, ਮੈਂ ਇੱਥੇ ਤਬਲਾ ਲੈ ਕੇ ਆਉਣਾ, ਅਤੇ ਮੇਰੇ ਤੋਂ 15-15-20 ਮਿੰਟ ਇੱਥੇ ਬਾਈ ਜੀ ਹੁਣਾਂ ਨੇ ਗੁਰਬਾਣੀ ਸੁਣਨੀ, ਕੀਰਤਨ ਸੁਣਨਾ, ਕਹਿੰਦੇ ਸਾਨੂੰ ਸ਼ਬਦ ਸੁਣਾ, ਮੈਂ ਤਬਲਾ ਵਜਾਉਣਾ। ਬਾਈ ਜੀ ਹੁਣਾਂ ਨੇ ਸਾਰੀ ਜਿੰਨੀ ਵੀ ਟੀਮ ਬਹਿ ਕੇ ਉਹਨਾਂ ਨੇ ਕੀਰਤ ਬਾਰੇ, ਉਹਨਾਂ 'ਚ ਇੱਕ ਬਹੁਤ ਵੱਡੀ ਭਾਵਨਾ ਸੀ, ਜਦੋਂ ਮੈਂ ਸ਼ਬਦ ਪੜ੍ਹਨਾ ਉਹਨਾਂ ਨੇ ਆਪਣੇ ਸਿਰ ਜਿਹੜੀਆਂ ਬਨੈਣਾ ਹੁੰਦੀਆਂ ਸੀ ਨਾ ਜਾਂ ਰੁਮਾਲਾਂ ਨਾਲ ਸਿਰ ਢੱਕ ਲੈਣੇ, ਬਾਈ ਜੀ ਬਾਣੀ ਦਾ ਗੁਰਬਾਣੀ ਦਾ ਇੰਨਾ ਅਦਬ ਸਤਿਕਾਰ ਕਰਦੇ ਸੀ। 25-25 ਗੇੜੇ ਗਰਾਊਂਡ ਦੇ ਜੇ ਮੈਂ ਭੱਜ ਕੇ ਲਾਉਣੇ, ਜੋ ਮੈਂ ਉਦੋਂ ਬਾਅਦ ਮੈਰਾਥਨ ਅਥਲੀਟ ਵੀ ਰਿਹਾ 42 ਕਿਲੋਮੀਟਰ, ਅਤੇ ਇਹ ਬਾਈ ਹਰਜੀਤ ਸਿੰਘ ਬਾਜਾ ਖਾਨਾ ਦੀ ਦੇਣ ਹੈ, ਉਹ ਸਾਡੇ ਵਾਸਤੇ ਰੱਬ ਜੀ। ਮੈਨੂੰ ਪਤਾ ਹੈ ਜਦੋਂ ਬਾਈ ਜੀ ਪੂਰੇ ਹੋ ਗਏ, ਸਾਡੇ ਘਰੇ 4 ਦਿਨ ਚੁੱਲ੍ਹਾ ਨਹੀਂ ਬਲਿਆ ਸੀ, ਸਾਡੇ ਪਰਿਵਾਰ ਵਿੱਚ ਸੋਗ ਸੀ। ਹਰਜੀਤ ਬਾਜੇ ਖਾਨੇ ਵਰਗਾ ਕਿਸੇ ਨੇ ਨਹੀਂ ਬਣ ਜਾਣਾ। ਥੋੜ੍ਹੇ ਦਿਨ ਪਹਿਲਾਂ ਮੈਂ ਉਹਨਾਂ ਦੀ ਬੇਟੀ ਦੀ ਤਸਵੀਰ ਵੇਖੀ, ਅਤੇ ਮੇਰੇ ਮਨ ਦੀਆਂ ਦਿਲ ਦੀਆਂ ਹੰਝੂਆਂ ਵਿੱਚੋਂ, ਅਤੇ ਬਹੁਤ ਸੇਮ ਬਾਈ ਵਰਗੀ, ਮੇਰਾ ਪੂਰੀ ਹਰਜੀਤ ਬਾਈ ਵਰਗੀ, ਅਤੇ ਮੈਂ
मेरे बाई जी मेरे अखां दे सामने आ गए। बाई जी का जो वजन सी 1 क्विंटल 27 किलो सी, बाई जी दे बहुत मोटे पट सी, जिहड़ा दर्जियां कोले फीता हुंदा ना बाई जी दी जो छाती मिणदे सी ਉਹ ਇੰਚੀ ਟੇਪ ਵੀ ਛੋਟਾ ਰਹਿ ਜਾਂਦਾ ਸੀ ਤੇ ਬਾਈ ਜੀ ਦਾ ਜਿਹੜਾ ਬੱਚ ਸੀ ਜਾਵੜਾ ਬਹੁਤ ਵੱਡਾ ਬਹੁਤ ਸੋਹਣਾ ਤੁਸੀਂ ਖਰਾਕ ਵੀ ਮਿਲਦਾ ਬਾਈ ਜੀ ਹੁਣ ਖਰਾਕ ਵੀ ਉਹਨਾਂ ਦੀ ਮੈਂ ਬਦਾਮ ਕੁੱਟਦਾ ਰਿਹਾ ਬਾਈ ਜੀ ਉਹਨਾਂ ਦੇ ਭੂਤ ਬੰਗਲੇ 'ਚ ਬਦਾਮ ਕੁੱਟਦਾ ਰਿਹਾ ਬਾਈ ਜੀ ਦਾ ਐਡਾ ਵੱਡਾ ਸਿਰ ਸੀ ਪੂਰੇ ਸਿਰ 'ਚ ਭਾਵੇਂ ਇੰਡੀਆ ਲਿਖਾ ਲਓ ਉਸ ਵੇਲੇ ਜਾਣੀ ਕਿ ਐਡੀ ਗੁਰੂ ਸਾਹਿਬ ਬਹੁਤ ਉਹ ਦੁਨੀਆ ਖੜਦੀ ਸੀ ਪਤਾ ਲੱਗਦਾ ਜੀ ਕਹਿੰਦੀ ਜੀ ਧਾਨੋ ਮਾਂ ਜਿਹਨੇ ਐਸਾ ਸ਼ੇਰ ਪੁੱਤ ਜੰਮਿਆ ਮੈਂ ਹਰਜੀਤ ਬਾਜੇ ਖਾਣ ਦੇ ਘਰੇ ਵੀ ਜਾਂਦਾ ਰਿਹਾ ਬਾਈ ਜੀ ਉਹਨਾਂ ਦੇ ਨਾਲ ਤੇ ਮੈਂ ਉਹ ਬੰਦੇ ਦੀ ਸੱਚੇ ਪਾਤਸ਼ਾਹ ਉਹ ਬੰਦੇ ਨੂੰ ਅੱਜ ਵੀ ਸਵਰਗਾਂ 'ਚ ਵਾਸਾ ਦੇਈ ਉਦੋਂ ਮੇਰੀ 21 ਸਾਲ ਦੀ ਉਮਰ ਸੀ ਅੱਜ 42 ਸਾਲ ਦੀ ਆ ਅੱਜ ਵੀ ਜਦੋਂ ਬਾਈ ਨੂੰ ਯਾਦ ਕਰੀਦਾ ਦਿਲ ਦੀਆਂ ਗਹਿਰਾਈਆਂ 'ਚੋਂ ਅੱਥਰੂ ਆਉਂਦੇ ਆ ਉਹਦੇ ਵਰਗਾ ਕਿਸੇ ਨੇ ਨਹੀਂ ਬਣ ਜਾਣਾ ਘਰ ਘਰ ਪੁੱਤ ਜੰਮਦੇ ਬਾਈ ਹਰਜੀਤ ਸਿੰਘ ਬਾਜਾ ਖਾਨਾ ਅੱਜ ਤੂੰ ਸਾਨੂੰ ਪੁਰਾਣੀਆਂ ਯਾਦਾਂ ਸ਼ਮਸ਼ੇਰ ਸਿੰਘ ਮੱਟਾ ਪਾਲ ਸਿੰਘ ਦੁਬਈ ਜਗਦੇਵ ਸਿੰਘ ਬਰਾੜ ਦਾ ਬਹੁਤ ਬਹੁਤ ਧੰਨਵਾਦ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਬਾਈ ਜੀ ਉਹਨਾਂ ਨੇ ਇੱਥੇ ਨਾ ਅਸੀਂ ਬਾਸਕਟਬਾਲ ਖੇਡਦੇ ਹੁੰਦੇ ਸੀ ਖੋ ਖੋ ਇੱਕ ਦੂਜੇ ਤੋਂ ਦੂਜੀ ਗੱਲ ਇਹ ਹੈ ਬਾਈ ਹਰਜੀਤ ਸਿੰਘ ਇੱਕ ਉਹ ਵੱਟਾ ਮਾਰ ਕੇ ਇੱਕ ਦੂਜੇ ਨੂੰ ਗਧੇੜੇ ਚੜਾ ਕੇ ਨਾ ਉਹ ਬੜੀ ਗੇਮ ਲਾਉਂਦੇ ਹੁੰਦੇ ਸੀ ਜਿੱਥੇ ਮੈਚ ਬਾਹਰ ਖੇਡਣ ਜਾਣਾ 3-3 ਵਾਰੀ ਉਹਨਾਂ ਨੇ ਗਰਾਊਂਡ 'ਚ ਅਭਿਆਸ ਕਰਨਾ ਬਾਸਕਟਬਾਲ ਖੇਡਣੀ ਖੋ ਖੋ ਖੇਡਣਾ ਕ੍ਰਿਕਟ ਦਾ ਬਹੁਤ ਵਧੀਆ ਖਿਡਾਰੀ ਸੀ ਜਦੋਂ ਗੇਂਦ ਮਾਰਨੀ ਤੇ ਪਤਾ ਲੱਗ ਜਾਂਦਾ ਗੇਂਦ ਜਾ ਰਹੀ ਹੈ ਤੇ ਉਦੋਂ ਪੰਜਾਬ ਦੀ ਇੰਡੀਆ ਦੀ ਜਿਹੜੀ ਖਿਡਾਰਨ ਹਰਮਨਪ੍ਰੀਤ ਕੌਰ ਨਿੱਕੀ ਬੈਟ ਲੈ ਕੇ ਉਹਦੇ ਤੋਂ ਖੇਡ ਦਿੰਦੇ ਸੀ ਹਰਮਨਪ੍ਰੀਤ ਕੌਰ ਉਹਦੇ ਨਿੱਕੀ ਜੀ ਹੁੰਦੀ ਸਾਡੇ ਵਾਸਤੇ ਤੇ ਉਹਦੇ ਡੈਡੀ ਵੀ ਉਹਦਾ ਭਰਾ ਵੀ ਰੁਮਾਲ ਬੰਨੇ ਹੋਣਾ ਇੱਥੇ ਫਿਰਦੇ ਹੋਣਾ ਸ਼ਮਸ਼ੇਰ ਸਿੰਘ ਮੱਟਾ ਜੀ ਉਹਨਾਂ ਦਾ ਕਲੱਬ ਹੁੰਦਾ ਸੀ ਜੋ ਲਲਿਤ ਕਲੱਬ ਸ਼ਾਮ ਨੂੰ ਇੱਕ ਹੀ ਕਲੱਬ ਹੁੰਦਾ ਸੀ ਉਦੋਂ ਜੋਲ ਇੱਥੇ ਆਪਣਾ FCI ਦੇ ਕੋਲੇ ਸਾਰਿਆਂ ਨੇ ਅਸੀਂ ਉੱਥੇ ਚਲੇ ਜਾਣਾ ਤੇ ਬਾਈ ਹਰਜੀਤ ਸਿੰਘ ਨੇ ਸਾਰੀਆਂ ਪਲੇਟਾਂ ਰਾੜ ਵਿੱਚ ਪਾ ਕੇ ਤੇ ਉਹਨਾਂ ਨੇ ਬੈਂਚ ਪ੍ਰੈਸ ਲਾਉਣੀਆਂ ਦੂਜਿਆਂ ਨੇ ਕਹਿਣਾ ਸਾਡੀ ਵਾਰੀ ਕਦੋਂ ਆਊਗੀ ਉਹੋ ਜਿਹਾ ਚੋਬਰ ਨਹੀਂ ਮਿਲਣਾ ਸ਼ਮਸ਼ੇਰ ਸਿੰਘ ਮੱਟਾ ਵੀ ਬਹੁਤ ਸੋਹਣੀ ਕਬੱਡੀ ਖੇਡਣ ਲੱਗੇ ਉਹਨਾਂ ਨਾਲ ਰਹਿ ਕੇ ਬਈ ਉਹ ਬੰਦੇ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੋ ਅੱਜ 42 ਸਾਲ ਦੀ ਉਮਰ ਹੈ ਅਸੀਂ 1995 ਤੋਂ ਅੱਜ ਜਿਹੜੇ ਜਿੰਨੇ ਵੀ ਅਸੀਂ ਬੈਠੇ ਨਾ 1995 ਤੋਂ ਅਸੀਂ ਗਰਾਊਂਡ ਦੇ ਨਾਲ ਜੁੜੇ ਹਾਂ ਜੇ ਅੱਜ ਸਾਡੇ ਸਰੀਰ ਤੰਦਰੁਸਤ ਹੈ ਜੇ ਅੱਜ ਅਸੀਂ ਕਾਇਮ ਹਾਂ ਅੱਜ ਜੇ ਸਾਡੇ ਦਾੜੇ ਵੇਖੋ ਬਲੈਕ ਹੈ ਨਹੀਂ ਨਹੀਂ 35-35, 36-36 ਸਾਲ ਦੇ ਮੁੰਡੇ ਬੁੜੇ ਹੋਏ ਪਏ ਇਹ ਹਰਜੀਤ ਬਾਜੇ ਖਾਨੇ ਦੀ ਦੇਣ ਹੈ ਮੈਂ ਇੱਥੇ 25-25 ਗੇੜੇ ਲਾਉਂਦਾ ਰਿਹਾ ਉਸ ਤੋਂ ਬਾਅਦ ਮੈਂ 50-100 ਗੇੜਾ ਵੀ ਇਸ ਗਰਾਊਂਡ ਦਾ ਲਾਉਂਦਾ ਰਿਹਾ ਮੈਂ ਇੱਥੇ ਕਨੇਡਾ ਤੋਂ ਵੀ ਗੋਲਡ ਮੈਡਲ ਲਿਆਂਦਾ ਆਹ 2.5 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਤੇ ਭੱਜਿਆ ਮੋਗੇ ਤੋਂ ਨਾਨਕਸਰ 2.5 ਘੰਟਿਆਂ 28 ਕਿਲੋਮੀਟਰ ਲਈ ਚਾਂਦੀ ਦਾ ਗੋਲਡ ਮੈਡਲ ਪ੍ਰਾਪਤ ਕੀਤਾ ਅੱਜ ਵੀ ਸਿਹਤ ਸੰਭਾਲੀ ਹੈ ਗਾਂ ਫਿਰ ਮਾਰਾ ਬਾਈ ਜੀ ਦੀ ਦੇਣ ਨਾਲ ਸਰੀਰ ਦੀ ਸੰਭਾਲ ਹੈ ਗਾਂ ਫਿਰ ਮੈਂ ਕੋਈ ਨਾ ਕੁਛ ਮੋਗੇ ਦੀ ਖਾਤਰ ਜਾਂ ਬਾਈ ਜੀ ਦਾ ਨਾਂ ਰੋਸ਼ਨ ਕਰਨ ਵਾਸਤੇ ਕੋਈ ਨਾ ਕੁਛ ਮੈਂ ਰੇਸ ਜਾਂ ਕਬੱਡੀ ਜਾਂ ਕੁਛ ਨਾ ਕੁਛ ਕਰੂੰਗਾ ਜੇ ਅੱਜ 28 ਘੰਟੇ ਲਗਾਤਾਰ ਤਬਲਾ ਵਜਾਉਣ ਦਾ ਰਿਕਾਰਡ ਵੀ ਆ ਜੇ ਇੱਕ ਸਾਰ ਲਗਾਤਾਰ ਬਹਿ ਕੇ ਮੈਂ 28 ਘੰਟੇ ਇਹ ਲਗਾਤਾਰ ਤਬਲਾ ਵਜਾਇਆ ਨਾ ਇਹ ਵੀ ਸਰੀਰ ਦੀ ਸਾਧਨਾ ਸਰੀਰ ਦੀ ਕਾਇਮ ਰੱਖਣ ਨਾਲ ਇਹ ਸਭ ਬਾਈ ਜੀ ਦੀ ਦੇਣ ਹੈ ਗੁਰੂ ਨਾਨਕ ਕਾਲਜ ਦੀ ਦੇਣ ਹੈ ਇਸ ਧਰਤੀ ਦੀ ਦੇਣ ਹੈ ਇਸ ਗਰਾਊਂਡ ਦਾ ਅਸੀਂ ਕਦੀ ਵੀ ਕਰਜ਼ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੇ ਸੋ ਦੋਸਤੋ ਅੱਜ ਬਾਈ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਬਾਈ ਦੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੇ ਚੇਤਿਆਂ 'ਚ ਸਦਾ ਹੀ ਵੱਸਦਾ ਰਹੂਗਾ ਬਾਈ ਹਰਜੀਤ ਬਾਜਾ ਖਾਨਾ ਅਤੇ ਉਹਦੀ ਟੀਮ ਪੂਰੀ ਸਾਡੀ ਦਿਲਾਂ ਦੀ ਧੜਕਣੀ ਇੱਕ ਹਿਸਾਬ ਦੀ ਅਤੇ ਸੋ ਅਗਲੀ ਵਾਰੀ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਨਾਲ ਧੰਨਵਾਦ।